ਸਿਰ ਬੇਸ ਕਰਕੇ ਕਿ ਬਚਾਓ ਹੋ ਜੂਗਾ। ਪਾਲੇ ਨੂੰ ਕੌਣ ਬੋਲੂਗਾ? ਪਾਲੇ ਵਾਲੀ ਪੜ੍ਹਾਈ ਦਿੜਨੀ ਸੀ, ਪਰ ਹੋਇਆ ਤਾਂ ਉਹੀ ਨਾ ਪੜ੍ਹਨਾ ਸੀ। ਪਾਲਾ ਬੰਦੇ ਆ ਕੇ ਫਿਰ ਇੱਥੇ ਫਿਰ ਇਹ ਵੀ ਮੰਨਿਆ ਕਿ ਮੇਰਾ ਕਸੂਰ ਹੈ, ਮੈਂ ਸਮਾ ਸਾਹਿਬ ਜਾਂਦੇ ਬਰਬਾਦ, ਫਿਰ ਇਹ ਵੀ ਮੰਨਿਆ। ਅਖੀਰ ਉਹ ਤਾਂ ਫਿਰ ਮੰਨਿਆ ਬਈ, ਸਾਰੀ ਗੱਲ ਸਾਹਮਣੇ ਆਈ। ਦਸਮ ਪਾਤਸ਼ਾਹ ਨੇ ਕਿਹਾ ਪਾਣੀ ਨੂੰ ਨਹੀਂ ਕੋਈ ਰੋਕ ਸਕਦਾ, ਜੋ ਹੁਣ ਤੁਸੀਂ ਚਿੰਤਾ ਨਾ ਕਰੋ, ਵਾਹਿਗੁਰੂ ਵਾਹਿਗੁਰੂ ਪਾਣਾ ਮੰਨੋ। ਜਦ ਨੌਵੇਂ ਪਾਤਸ਼ਾਹ ਨੇ ਕਿਹਾ ਚਿੰਤਾ ਤਾਂ ਕੀ ਕੀਜੀਏ, ਅਨਹੋਣ ਹੀ ਕੁਛ ਨਹੀਂ ਹੈ, ਤੁਸੀਂ ਕਿਉਂ ਚਿੰਤਾ ਕਰਦੇ ਹੋ? ਪਰ ਨਹੀਂ, ਇੱਕ ਮਾਂ ਦਾ ਦਿਲ ਖੜਦਾ ਹੁੰਦਾ, ਤੁਸੀਂ ਸਮਝਦੇ ਹੋ? ਦਸਮ ਪਾਤਸ਼ਾਹ ਦੀ ਮਾਂ ਦੀ ਜੇ ਇਹ ਹਾਲਤ ਹੈ, ਤੁਸੀਂ ਕਿਹੜੀ ਔਰਤ ਨੂੰ ਕਹਿ ਦੋਗੇ ਪੜ੍ਹੋ ਮੰਨ? ਇਹ ਸੱਚ ਹੈ, ਇਹ ਸੱਚ ਹੈ। ਪਰ ਅਸੀਂ ਜੇ ਸੱਚ ਬੋਲਦੇ ਹਾਂ, ਸਾਡੀ ਬਦਲੋ ਉਹਦੀ ਹੈ ਨਾ ਬਦਲੋ, ਪਰ ਬਦਨਾਮੀ ਤੋਂ ਵੀ ਡਰਦੇ ਹਾਂ, ਸੱਚ ਵੀ ਇਹ ਹੈ। ਇਸ ਕਰਕੇ ਇਤਿਹਾਸ ਭਵਨ ਗੁੱਸਾ ਕਰਦੇ ਹਾਂ, ਸੱਚ ਬੋਲਦੇ ਹਾਂ ਤਾਂ ਮਰਦੇ ਹਾਂ, ਨਹੀਂ ਬੋਲਦੇ ਤਾਂ ਮਰਦੇ ਹਾਂ। ਇਤਿਹਾਸ ਦੇ ਵਿੱਚ ਭਵਨ ਗੁੱਸਾ ਪਿਆ ਹੈ। ਦੋਵੇਂ ਸਾਹਿਬਜ਼ਾਦੇ ਲੈ ਕੇ ਨਿਕਲੀ, ਇਤਿਹਾਸ ਮੈਂ ਪੜ੍ਹੇ ਚੀਨ 'ਤੇ ਆਇਆ ਹੋਇਆ ਸੀ ਕਿ ਮਾਤਾ ਨੇ ਕਿਹਾ ਵੀ ਆਏ ਦੋਵੇਂ ਮੁੰਡੇ ਬਚਣਗੇ ਛੋਟੇ, ਨਵਾਲਗ ਨੇ ਇਹਨਾਂ ਨੂੰ ਗੱਦੀ ਦੇ ਦੂੰਗੀ, ਇੱਥੋਂ ਦੀ ਕੋਈ ਬਸ ਨਹੀਂ। ਆਪਾਂ ਕਹਿ ਨਹੀਂ ਨਵਾਲਗ ਨੂੰ, ਆਪਾਂ ਨੇ ਕੀ ਸਜ਼ਾ ਦੇਣੀ ਹੈ? ਤੁਸੀਂ ਵੀ ਚਲੋ ਭਾਈ, ਕਹਿੰਦੀ ਮਾਤਾ ਜੀ ਗੁਰੂ ਅਸੀਂ ਕਹਿ ਤਾਂ ਨਹੀਂ ਸਕਦੇ ਕੁਛ, ਪਰ ਤੁਸੀਂ ਸਾਨੂੰ ਕੀ ਕਹਿਣੀ ਜਰਾ ਵਿਚਾਰ ਕੇ ਤਾਂ ਦੇਖੋ, ਅਸੀਂ ਪਤੀ ਨੂੰ ਛੱਡ ਕੇ ਫਿਰ ਉਹ ਛੱਡ, ਉਹ ਮੈਂ ਕੀ ਕਹਿਤਾ ਤੁਹਾਨੂੰ, ਛੱਡ ਕੇ ਚਲੀਆਂ ਗਈਆਂ ਕਾਹਦੇ ਵਾਸਤੇ? ਜਾਨ ਬਚਾਉਣ ਵਾਸਤੇ? ਤੁਸੀਂ ਕੀ ਸਾਨੂੰ ਸਿੱਖਿਆ ਕੀ ਦੇ ਰਹੇ? ਫਿਰ ਪਤਾ ਜੀ ਉਹ ਮੈਂ ਕੀ ਕਹਿ ਬੈਠੀ, ਤੇ ਮੈਂ ਕਹਿਣੀ ਨਹੀਂ ਸੀ ਗੱਲ ਜੀ। ਮਾਤਾ ਜੀ ਤੋਂ ਤਾਂ ਪਹਿਲਾਂ ਸੁਣੀ ਛੱਡ ਗਈ ਸੀ ਸੁੰਦਰੀ ਨੇ, ਯਾਰ ਸਾਹਿਬਜ਼ਾਦਾ ਨੇ ਜਦ ਇਹ ਗੱਲ ਕਹੀ ਫਿਰ ਨਹੀਂ ਉਹ ਅੱਖ ਖੁੱਲੀ ਤੀਜੀ, ਤੁਸੀਂ ਇਹਨਾਂ ਨੂੰ ਲੈ ਜਾਓ ਚਲੋ। ਮਹਾਰਾਜ ਨੇ ਸਮਝਾਤਾ ਦਸਮ ਪਾਤਸ਼ਾਹ ਨੇ, ਉਹ ਹੈ ਇਹ ਹੁੰਦਾ ਹੀ ਹੈ, ਉਹ ਕੁਛ ਨਾ ਕਹੋ, ਇਹ ਵੀ ਪੜ੍ਹ ਰਹੀ ਹੈ, ਜਿਹੜਾ ਇਹ ਸੋਚਦੀ ਹੈ ਇਹ ਵੀ ਪੜ੍ਹ ਰਹੀ ਹੈ। ਚਲੋ ਅਖੀਰ ਦੇ ਟਾਈਮ 'ਤੇ ਇਹਦਾ ਜਿਹੜਾ ਭੁਲੇਖਾ ਲੈ ਜੂਗਾ, ਇਹਨੂੰ ਪੜ੍ਹ ਦੀ ਸਮਝ ਆ ਜੂਗੀ। ਜੇ ਪੜ੍ਹ ਅਖੀਰ ਦੇ ਟਾਈਮ 'ਤੇ ਵੀ ਬਦਲਵੇ, ਸੁਬਾਹ ਤਾਂ ਭੁੱਲਿਆ, ਸ਼ਾਮ ਨੂੰ ਘਰ ਆ ਜਾਏ ਭੁੱਲਿਆ ਨਾ ਜਾਣੇ, ਇਹਦਾ ਜੋ ਪੜ੍ਹਨਾ ਵਰਤਣ ਤਾਂ ਹਟ ਸਕਣਾ ਨੀ। ਜੇ ਚਮਕੌਰ ਦੀ ਜਿਹੜੀ ਗੱਲ ਇਤਿਹਾਸ ਕਰਦੇ ਨੇ, ਜੇ ਸੁਪਨਾ ਆ ਗਿਆ ਹੁੰਦਾ ਕਦੇ ਨੀ ਲੈ ਕੇ ਆਉਂਦੀ ਮਾਤਾ ਗੁਜਰੀ, ਲੈ ਆਉਂਦੀ ਮਾਤਾ ਗੁਜਰੀ ਨੂੰ ਤਾਂ ਪਹਿਲਾਂ ਪਤਾ ਲੱਗ ਜਾਣਾ ਸੀ ਉੱਥੇ ਆਇਆ ਹੋਣਾ, ਤੇ ਲੈ ਆਉਂਦੀ। ਕਿੱਡੀਆਂ ਬੇਵਕੂਫੀ ਦੀਆਂ ਗੱਲਾਂ ਕਰ ਰਹੇ ਨੇ ਪ੍ਰਚਾਰਕ, ਪਹਿਲੇ ਹੀ ਪਤਾ ਹੁੰਦਾ ਵੀ ਸਰਾਂਦਾ ਹੁਣ ਦੋ ਮੇਰੇ ਮੰਗੇ ਨੇ ਸਰਾਂਦੇ ਲੋਕ ਨੇ ਪਹਿਲਾਂ ਤੇ ਲੈ ਕੇ ਆਉਂਦੀ ਦੁਰਦੀ ਹੋਣਾ, ਦੁਰਦੀ ਹੋਣਾ ਫਿਰ ਹੁਣ ਤਾਂ ਪਹਿਲਾਂ ਤਾਂ ਕਿਸੇ ਨੂੰ ਨਹੀਂ ਪਤਾ ਹੁੰਦਾ, ਪਤਾ ਨਹੀਂ ਬਾਤੇ ਦਾ ਪਤਾ ਰਹਿੰਦਾ। ਇਸ ਕਰਕੇ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਨੇ ਇਤਿਹਾਸ ਦੀਆਂ ਜਿਹੜੀਆਂ ਅਸੀਂ ਗੁਰਮਤ ਤੋਂ ਲੈਣ ਤਾਂ ਕੱਟੀਏ, ਉੱਥੇ ਸਾਡੀ ਮਜਬੂਰੀ ਸੀ ਕੋਈ, ਕਿਹੜੇ ਹੁਣ ਕਹੀਏ ਵੀ ਮਾਤਾ ਰਿਹਾ ਕੀਤਾ, ਕਿਵੇਂ ਕਹੀਏ ਹੁਣ? ਨਾ ਕਹੀਏ ਤਾਂ ਸਵਾਲਾਂ ਦੇ ਜਵਾਬ ਕਿਵੇਂ ਦੇਈਏ? ਜੇ ਉਹ ਕਹਿੰਦਾ ਗੁਰੂ ਕਹਿੰਦੇ ਕਹਿੰਦੇ ਗੁਰੂ ਗ੍ਰੰਥ, ਜੇ ਉਹਨਾਂ ਨੂੰ ਉਹ ਜਵਾਬ ਨਾ ਦਿੰਦਾ ਮੈਂ ਤਾਂ ਉਹ 20 ਸਵਾਲ ਹੋਰ ਖੜੇ ਕਰਦਾ,
ਕਰਦਾ ਨਾ ਕਰਦਾ, ਅਖੀਰ ਉਹ ਗੱਲ ਮੰਨਣੀ ਪੈਣੀ ਸੀ ਗੱਲ। ਮੈਂ ਪਹਿਲਾਂ ਹੀ ਉਹ ਕਹਿ ਕਿ ਸਗੋਂ ਉਹਦੇ 'ਤੇ ਬੋਝ ਪਾਤਾ ਸਾਰੇ, ਜਿਹੜਾ ਉਹਨੇ ਪ੍ਰੈਸ਼ਰ ਆਪਣੇ 'ਤੇ ਦੇਣਾ ਸੀ ਮਨਾਉਣ ਵਾਸਤੇ, ਉਹਦੇ 'ਤੇ ਸੁੱਟਤਾ ਸਾਰੇ ਪਹਾੜ। ਵੀ ਭਾਈ ਇਹਦਾ ਸਾਡੀ ਢਿੱਡ ਦੀ ਭੁੱਖ ਸੀ, ਸੱਚ ਮੰਨ ਲਓ ਤੁਸੀਂ, ਬੋਝ ਅਗਲੇ 'ਤੇ ਪੈ ਜਾਂਦਾ ਹੈ। ਜੇ ਸੱਚ ਨੂੰ ਕਿਸ਼ਤਾਂ 'ਚ ਮੰਨੋਗੇ ਬੋਝ ਤੁਹਾਡੇ 'ਤੇ ਪਊਗਾ। ਸੱਚ ਨੂੰ ਜਿੰਨੀਆਂ ਕਿਸ਼ਤਾਂ 'ਚ ਮੰਨੋਗੇ ਨਾ, ਥੋੜ੍ਹਾ ਥੋੜ੍ਹਾ ਕਰਕੇ ਕਿਸ਼ਤਾਂ ਦਾ ਮਤਲਬ ਹੈ, ਉਹਨਾਂ ਬੋਝ ਤੁਹਾਡੇ 'ਤੇ ਪਊਗਾ। ਉਹਨੇ ਪ੍ਰੈਸ਼ਰ ਨਾ ਬਣਾਉਣਾ ਤੁਹਾਨੂੰ ਸੱਚ ਨੂੰ, ਜੇ ਤੁਸੀਂ ਇੱਕਦਮ ਸੱਚ ਨੂੰ ਮੰਨੋਗੇ ਤਾਂ ਬੋਝ ਉਹ 'ਤੇ ਪੈਜੂ, ਤਾਂ ਪੈ ਗਿਆ ਉਹ 'ਤੇ ਬੋਝ। ਉਹਦੇ ਸਿਰ ਦਾ ਪਹਾੜ ਧੱਕਾ ਦੇ ਗਏ, ਜਿਹੜਾ ਮੇਰੇ ਦਿਲ ਨੂੰ ਤਿਆਰ ਸੀ ਉਹ ਮੇਰੇ ਮਨ ਵਿੱਚ ਔਰ ਹਿਰਦੇ ਵਿੱਚ ਮੇਰੇ ਪਿਆਰੇ ਦਾ ਪ੍ਰੇਮ ਅੱਠੇ ਪਹਿਰ ਲਗਾ ਲਓ, ਔਰ ਉਹ ਅੱਠੇ ਪਹਿਰ ਪ੍ਰੇਮ ਲੱਗਿਆ ਹੋਇਆ ਰਹਿੰਦਾ। ਉਹਦੀ ਪ੍ਰੇਮ ਦੀ ਜਗ੍ਹਾ ਕੋਈ ਹੋਰ ਚੀਜ਼ ਨਹੀਂ।